ਪੁੱਛਿਆ ਨਹੀਂ ਗਿਆ ਉਹਨਾਂ ਬਾਰੇ? ਇਹ ਤਾਂ ਜੀ ਇਹ ਸਵਾਲ ਸਰਕਾਰਾਂ ਨੂੰ ਪੁੱਛੇ ਜਾਣੇ ਚਾਹੀਦੇ ਆ ਕਿ ਉਹਨਾਂ ਨੇ ਕਿਉਂ 4 ਤਰੀਕ ਤੋਂ ਬਾਅਦ ਅੱਜ ਤੱਕ ਕਿਉਂ ਨਹੀਂ ਉਹਨਾਂ ਦਾ ਇੰਤਜ਼ਾਮ ਕੀਤਾ ਉਹਨਾਂ ਨੂੰ ਸਹੁੰ ਚੁਕਾਉਣ ਦਾ। ਅਤੇ ਬਾਕੀ ਚਲੋ ਸਾਡੇ ਤਾਂ ਓਟ ਆਸਰਾ ਗੁਰੂ ਮਹਾਰਾਜ 'ਤੇ ਹੀ ਆ, ਅਤੇ ਸੰਗਤਾਂ ਨੂੰ ਅਸੀਂ ਅਪੀਲ ਕਰਦੇ ਹਾਂ ਕੋਈ ਚਿੰਤਤ ਹੋਣ ਦੀ ਲੋੜ ਨਹੀਂ, ਗੁਰੂ ਮਹਾਰਾਜ ਕਰਨਗੇ ਕਿਰਪਾ, ਕਿਉਂਕਿ ਸੰਗਤਾਂ ਨੂੰ ਭਾਰੀ ਉਮੀਦ ਸੀ ਕਿ 24 ਤਰੀਕ ਤੱਕ ਖਾਲਸਾ ਜੀ ਆਉਣਗੇ। ਇਹ ਮੈਨੂੰ ਸਰਕਾਰਾਂ ਦੀ ਬਦਨੀਤੀ ਕਹਿ ਸਕਦੇ ਹਾਂ ਕਿ ਜਿਹੜੇ ਲੋਕਾਂ ਨੂੰ ਜਿਹੜੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਆ, ਇਸ ਕਰਕੇ ਮੇਰਾ ਖਿਆਲ ਹੈ ਕਿ ਉਹ ਕਾਫੀ ਦਿਨ ਸਮਾਂ ਸੀਗਾ, ਉਹਨਾਂ ਨੂੰ ਇੰਤਜ਼ਾਮ ਕਰਨਾ ਚਾਹੀਦਾ ਸੀ, ਪਰ ਹੁਣ ਵੀ ਅਸੀਂ ਉਹਨੂੰ ਅਪੀਲ ਕਰਦੇ ਹਾਂ ਕਿ ਹੁਣ ਵੀ ਉਹਨਾਂ ਨੂੰ ਜਲਦੀ ਜਲਦੀ ਜੋ ਉਹਨਾਂ ਦਾ ਸਹੁੰ ਚੁਕਾਈ ਜਾਵੇ। ਅਤੇ ਬਾਕੀ ਗੱਲ ਹੋਈ ਅਗਲੀ ਕਾਰਵਾਈ, ਅਗਲੀ ਕਾਰਵਾਈ ਅਜੇ ਦੇਖ ਰਹੇ ਹਾਂ ਅਸੀਂ, ਸ਼ਾਇਦ ਉਹ 1-2 ਦਿਨਾਂ ਤੱਕ ਕੋਈ ਕਰਕੇ ਮੀਟਿੰਗ ਆਪਣੇ ਸਹਿਯੋਗੀਆਂ ਨਾਲ ਵੀ ਅੱਗੇ ਕੀ ਕਰਨਾ ਚਾਹੀਦਾ ਉਹਦੇ ਵਾਸਤੇ, ਕੋਈ ਕਾਨੂੰਨੀ ਕਾਰਵਾਈ ਆ, ਕੋਈ ਸਮਾਜਿਕ ਦਬਾਅ ਆ, ਜਾਂ ਕੀ ਕਰਨਾ ਉਹਦੇ ਵਾਸਤੇ। ਸੰਗਤ ਨੂੰ ਕੀ ਅਪੀਲ? ਸੰਗਤ ਨੂੰ ਤਾਂ ਅਪੀਲ ਇਹ ਹੋਈ ਕਿ ਚੜ੍ਹਦੀ ਕਲਾ ਜਦੋਂ ਗੁਰੂ ਮਹਾਰਾਜ ਭਲੀ ਕਰਦੇ ਨੇ। ਬੀਤੇ ਦਿਨੀ ਪ੍ਰਧਾਨ ਮੰਤਰੀ ਬਾਜੀ ਕਹਿੰਦੇ ਪੁੱਤਰ ਨੇ ਐਲਾਨ ਕੀਤਾ ਕਿ ਉਹ ਵੀ ਇਲੈਕਸ਼ਨ ਲੜਨਗੇ ਉਹਨਾਂ ਨਾਲ। ਚਲੋ ਉਹ ਵੀ ਉਹਨਾਂ ਨਾਲ ਸਲਾਹ ਗਿਣਤੀ ਕਰਕੇ ਦੇਖਦੇ ਹਾਂ ਕਿ ਜੇ ਉਹ ਲੜਨਾ ਚਾਹੁੰਦੇ ਆ ਤਾਂ ਕੋਈ ਨਹੀਂ ਉਹਨਾਂ ਦੀ ਸਪੋਰਟ ਕਰਾਂਗੇ ਅਸੀਂ। ਅਤੇ ਪੁੱਛਿਆ ਨਹੀਂ ਗਿਆ ਉਹਨਾਂ ਬਾਰੇ? ਇਹ ਤਾਂ ਜੀ ਇਹ ਸਵਾਲ ਸਰਕਾਰਾਂ ਨੂੰ ਪੁੱਛੇ ਜਾਣੇ ਚਾਹੀਦੇ ਆ ਕਿ ਉਹਨਾਂ ਨੇ ਕਿਉਂ 4 ਤਰੀਕ ਤੋਂ ਬਾਅਦ ਅੱਜ ਤੱਕ ਕਿਉਂ ਨਹੀਂ ਉਹਨਾਂ ਦਾ ਇੰਤਜ਼ਾਮ ਕੀਤਾ ਉਹਨਾਂ ਨੂੰ ਸਹੁੰ ਚੁਕਾਉਣ ਦਾ। ਅਤੇ ਬਾਕੀ ਚਲੋ ਸਾਡੇ ਤਾਂ ਓਟ ਆਸਰਾ ਗੁਰੂ ਮਹਾਰਾਜ 'ਤੇ ਹੀ ਆ, ਅਤੇ ਸੰਗਤਾਂ ਨੂੰ ਅਸੀਂ ਅਪੀਲ ਕਰਦੇ ਹਾਂ ਕੋਈ ਚਿੰਤਤ ਹੋਣ ਦੀ ਲੋੜ ਨਹੀਂ, ਗੁਰੂ ਮਹਾਰਾਜ ਕਰਨਗੇ ਕਿਰਪਾ, ਕਿਉਂਕਿ ਸੰਗਤਾਂ ਨੂੰ ਭਾਰੀ ਉਮੀਦ ਸੀ ਕਿ 24 ਤਰੀਕ ਤੱਕ ਖਾਲਸਾ ਜੀ ਆਉਣਗੇ। ਇਹ ਮੈਨੂੰ ਸਰਕਾਰਾਂ ਦੀ ਬਦਨੀਤੀ ਕਹਿ ਸਕਦੇ ਹਾਂ ਕਿ ਜਿਹੜੇ ਲੋਕਾਂ ਨੂੰ ਜਿਹੜੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਆ, ਇਸ ਕਰਕੇ ਮੇਰਾ ਖਿਆਲ ਹੈ ਕਿ ਉਹ ਕਾਫੀ ਦਿਨ ਸਮਾਂ ਸੀਗਾ, ਉਹਨਾਂ ਨੂੰ ਇੰਤਜ਼ਾਮ ਕਰਨਾ ਚਾਹੀਦਾ ਸੀ, ਪਰ ਹੁਣ ਵੀ ਅਸੀਂ ਉਹਨੂੰ ਅਪੀਲ ਕਰਦੇ ਹਾਂ ਕਿ ਹੁਣ ਵੀ ਉਹਨਾਂ ਨੂੰ ਜਲਦੀ ਜਲਦੀ ਜੋ ਉਹਨਾਂ ਦਾ ਸਹੁੰ ਚੁਕਾਈ ਜਾਵੇ। ਅਤੇ ਬਾਕੀ ਗੱਲ ਹੋਈ ਅਗਲੀ ਕਾਰਵਾਈ, ਅਗਲੀ ਕਾਰਵਾਈ ਅਜੇ ਦੇਖ ਰਹੇ ਹਾਂ ਅਸੀਂ, ਸ਼ਾਇਦ ਉਹ 1-2 ਦਿਨਾਂ ਤੱਕ ਕੋਈ ਕਰਕੇ ਮੀਟਿੰਗ ਆਪਣੇ ਸਹਿਯੋਗੀਆਂ ਨਾਲ ਵੀ ਅੱਗੇ ਕੀ ਕਰਨਾ ਚਾਹੀਦਾ ਉਹਦੇ ਵਾਸਤੇ, ਕੋਈ ਕਾਨੂੰਨੀ ਕਾਰਵਾਈ ਆ, ਕੋਈ ਸਮਾਜਿਕ ਦਬਾਅ ਆ, ਜਾਂ ਕੀ ਕਰਨਾ ਉਹਦੇ ਵਾਸਤੇ। ਸੰਗਤ ਨੂੰ ਕੀ ਅਪੀਲ? ਸੰਗਤ ਨੂੰ ਤਾਂ ਅਪੀਲ ਇਹ ਹੋਈ ਕਿ ਚੜ੍ਹਦੀ ਕਲਾ ਜਦੋਂ ਗੁਰੂ ਮਹਾਰਾਜ ਭਲੀ ਕਰਦੇ ਨੇ। ਬੀਤੇ ਦਿਨੀ ਪ੍ਰਧਾਨ ਮੰਤਰੀ ਬਾਜੀ ਕਹਿੰਦੇ ਪੁੱਤਰ ਨੇ ਐਲਾਨ ਕੀਤਾ ਕਿ ਉਹ ਵੀ ਇਲੈਕਸ਼ਨ ਲੜਨਗੇ ਉਹਨਾਂ ਨਾਲ। ਚਲੋ ਉਹ ਵੀ ਉਹਨਾਂ ਨਾਲ ਸਲਾਹ ਗਿਣਤੀ ਕਰਕੇ ਦੇਖਦੇ ਹਾਂ ਕਿ ਜੇ ਉਹ ਲੜਨਾ ਚਾਹੁੰਦੇ ਆ ਤਾਂ ਕੋਈ ਨਹੀਂ ਉਹਨਾਂ ਦੀ ਸਪੋਰਟ ਕਰਾਂਗੇ ਅਸੀਂ। ਪੁੱਛਿਆ ਨਹੀਂ ਗਿਆ ਉਹਨਾਂ ਬਾਰੇ? ਇਹ ਤਾਂ ਜੀ ਇਹ ਸਵਾਲ ਸਰਕਾਰਾਂ ਨੂੰ ਪੁੱਛੇ ਜਾਣੇ ਚਾਹੀਦੇ ਆ ਕਿ ਉਹਨਾਂ ਨੇ ਕਿਉਂ 4 ਤਰੀਕ ਤੋਂ ਬਾਅਦ ਅੱਜ ਤੱਕ ਕਿਉਂ ਨਹੀਂ ਉਹਨਾਂ ਦਾ ਇੰਤਜ਼ਾਮ ਕੀਤਾ ਉਹਨਾਂ ਨੂੰ ਸਹੁੰ ਚੁਕਾਉਣ ਦਾ। ਅਤੇ ਬਾਕੀ ਚਲੋ ਸਾਡੇ ਤਾਂ ਓਟ ਆਸਰਾ ਗੁਰੂ ਮਹਾਰਾਜ 'ਤੇ ਹੀ ਆ, ਅਤੇ ਸੰਗਤਾਂ ਨੂੰ ਅਸੀਂ ਅਪੀਲ ਕਰਦੇ ਹਾਂ ਕੋਈ ਚਿੰਤਤ ਹੋਣ ਦੀ ਲੋੜ ਨਹੀਂ, ਗੁਰੂ ਮਹਾਰਾਜ ਕਰਨਗੇ ਕਿਰਪਾ, ਕਿਉਂਕਿ ਸੰਗਤਾਂ ਨੂੰ ਭਾਰੀ ਉਮੀਦ ਸੀ ਕਿ 24 ਤਰੀਕ ਤੱਕ ਖਾਲਸਾ ਜੀ ਆਉਣਗੇ। ਇਹ ਮੈਨੂੰ ਸਰਕਾਰਾਂ ਦੀ ਬਦਨੀਤੀ ਕਹਿ ਸਕਦੇ ਹਾਂ ਕਿ ਜਿਹੜੇ ਲੋਕਾਂ ਨੂੰ ਜਿਹੜੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਆ, ਇਸ ਕਰਕੇ ਮੇਰਾ ਖਿਆਲ ਹੈ ਕਿ ਉਹ ਕਾਫੀ ਦਿਨ ਸਮਾਂ ਸੀਗਾ, ਉਹਨਾਂ ਨੂੰ ਇੰਤਜ਼ਾਮ ਕਰਨਾ ਚਾਹੀਦਾ ਸੀ, ਪਰ ਹੁਣ ਵੀ ਅਸੀਂ ਉਹਨੂੰ ਅਪੀਲ ਕਰਦੇ ਹਾਂ ਕਿ ਹੁਣ ਵੀ ਉਹਨਾਂ ਨੂੰ ਜਲਦੀ ਜਲਦੀ ਜੋ ਉਹਨਾਂ ਦਾ ਸਹੁੰ ਚੁਕਾਈ ਜਾਵੇ। ਅਤੇ ਬਾਕੀ ਗੱਲ ਹੋਈ ਅਗਲੀ ਕਾਰਵਾਈ, ਅਗਲੀ ਕਾਰਵਾਈ ਅਜੇ ਦੇਖ ਰਹੇ ਹਾਂ ਅਸੀਂ, ਸ਼ਾਇਦ ਉਹ 1-2 ਦਿਨਾਂ ਤੱਕ ਕੋਈ ਕਰਕੇ ਮੀਟਿੰਗ ਆਪਣੇ ਸਹਿਯੋਗੀਆਂ ਨਾਲ ਵੀ ਅੱਗੇ ਕੀ ਕਰਨਾ ਚਾਹੀਦਾ ਉਹਦੇ ਵਾਸਤੇ, ਕੋਈ ਕਾਨੂੰਨੀ ਕਾਰਵਾਈ ਆ, ਕੋਈ ਸਮਾਜਿਕ ਦਬਾਅ ਆ, ਜਾਂ ਕੀ ਕਰਨਾ ਉਹਦੇ ਵਾਸਤੇ। ਸੰਗਤ ਨੂੰ ਕੀ ਅਪੀਲ? ਸੰਗਤ ਨੂੰ ਤਾਂ ਅਪੀਲ ਇਹ ਹੋਈ ਕਿ ਚੜ੍ਹਦੀ ਕਲਾ ਜਦੋਂ ਗੁਰੂ ਮਹਾਰਾਜ ਭਲੀ ਕਰਦੇ ਨੇ। ਬੀਤੇ ਦਿਨੀ ਪ੍ਰਧਾਨ ਮੰਤਰੀ ਬਾਜੀ ਕਹਿੰਦੇ ਪੁੱਤਰ ਨੇ ਐਲਾਨ ਕੀਤਾ ਕਿ ਉਹ ਵੀ ਇਲੈਕਸ਼ਨ ਲੜਨਗੇ ਉਹਨਾਂ ਨਾਲ। ਚਲੋ ਉਹ ਵੀ ਉਹਨਾਂ ਨਾਲ ਸਲਾਹ ਗਿਣਤੀ ਕਰਕੇ ਦੇਖਦੇ ਹਾਂ ਕਿ ਜੇ ਉਹ ਲੜਨਾ ਚਾਹੁੰਦੇ ਆ ਤਾਂ ਕੋਈ ਨਹੀਂ ਉਹਨਾਂ ਦੀ ਸਪੋਰਟ ਕਰਾਂਗੇ ਅਸੀਂ।